جوانو ہائی کیا مجبوری جیندے دی بدھی تحت الحنا حنا کو حسین الحمدللہ میں بسم اللہ اللہ بانیا کو زیادہ رنگ لاؤں اللہ تو گستا رکھے یار حسین دے پتر کروڑ دے لو تے میں دے پیر دے پتر علی اکبر دا نہیں والدا مردا رہنے آئی کیا مجبوری جیندے دی بدھی تحت الحنک حنک حسین جوانی مارے اللہ میری حاضری ہو گئی گھر میرا ایک من پڑھدا سائیں منظور دا اللہ دے درجات فلن چکرے سی حسین دا بہت بڑا ذاکر سائیں منظور حسین منظور شیخ پورا اس بند صدقے امام حسین دے درجات فلن کرا دے سی حسین دا سونا ذاکر رہی پڑ گیا فطرت دا آئین تقاضا ہے جٹھا ہے کئی واری ازما کے آدھائی پیو اوکھا جیندا ہے دنیا تے اتے پتر جوان کہا کے جیندے تران دن والدین لیکن زندگی ہوندی اوکھی ہے کیسا جا کے رہی اللہ ہوں تو درجات بلند کرے چاہتا بسم اللہ فطرت دا عین تقاضا ہے دچھا ہے کئی واری ازما کے پیو کھجی دنیا تے اتے پتر جواں میں بسم اللہ کرا تیرے پتر جی اگلی ادو لینا سن تیری اکھ جانے شام والی سائیں جانے آدھائی میں صدق ونیا کیویں سہ گیا ہے اکبر دی لاشت یا کے پاڑھنا دے علی بیٹھا پرچی کڑھ دائے اکبر کو جھولی جھولی پا کے بس میرے سے دیا سوا گئے بھائی جی بسم اللہ کرا ایک بند پڑھتا جوانا دی زندگی ہمستے دعا کر درانا میں بسم اللہ پڑھ نا دے علی حوصلہ دے بیٹھا پرچی کٹ دائے اکبار کن جھولی جھولی پاکے تو میں صدقے آدھا پیاں جائیں گا اپنا پتر جوان ہوئے تینے تیاد ایزا تو خدا کن پتر جوان دی موت دا صدمال دکھلاوینا پیو ما یہ دعا ہوں گی نا صحیح پال دین دی یہ دعا ہوں گی پالنے والے پورے جان دے جی میں سارے جی میں پتر جوان دی موت دا صدمہ اوڑ کھلاوینا صدقے بسم اللہ کرے جوانی مارے رکھے بیڑا کو نصیب ہو جائے
ਗੁੰਬਾਦ ਅਕਬਰ ਦੇ ਕੁਝ ਨਹੀਂ ਦਿਸਦਾ ਖਤ ਕੌਣ ਲਿਖੇ ਸੁਹਰਾ ਬਾਦ ਅਕਬਰ ਦੇ ਕੁਝ ਨਹੀਂ ਦਿਸਦਾ ਖਤ ਕੌਣ ਲਿਖੇ ਸੁਹਰਾ ਮੈਂ ਪਿਆ ਦਾਂਦੋ ਸੋਹਣਾ ਪੁੱਤਰਾਈ ਹੁਸੈਨ ਦਾ ਅਲੀ ਅਕਬਰ ਚਿੱਠੀ ਰਾਣੀ ਵਾਲੇ ਤੁਹਾਡੇ ਜਵਾਨਾਂ ਦੀਆਂ ਜਵਾਨੀਆਂ ਸਲਾਮਤ ਰਾਵਣ ਹੁਸੈਨ ਦੇ ਅਕਬਰ ਦੀ ਨਾਂ ਲੈਣ ਦੇ ਸਦਕੇ ਮੈਂ ਆਖਿਆ ਸੋਹਣਾ ਪੁੱਤਰਾਈ ਹੁਸੈਨ ਦਾ ਅਲੀ ਅਕਬਰ ਤੂੰ ਚੁੱਪ ਕਰ ਗਏ ਮੈਂ ਅਗਲਾ ਲੱਭ ਲਾਖਾ ਜਿਤਨਾ ਸੋਹਣਾ ਹਾਂ ਉਤਨਾ ਬਾਬੇ ਕੋ ਪਿਆਰਾ ਹੈ ਇਸ ਇਲਾਕੇ ਵਾਲੇ ਜਿਤਨਾ ਪਿਆਰਾ ਹਾਂ ਉਤਨਾ ਹਸੀਨ ਬਿਨ ਅਮੀਰ ਔਖਾ ਲਹਾਏ ਭਾਈਚਾਰ ਜ਼ਿੰਮੇਦਾਰੀ ਨਾਲ ਗੁਫ਼ਤਗੂ ਕਰ ਰਿਹਾ ਪਹਿਲਾ ਤੇ ਆਖਰੀ ਸ਼ਹੀਦ ਹੁਸੈਨ ਦਾ ਅਕਬਰ ਜਿਹਨੂੰ ਸੀਨੇ ਚ ਨੇਦਾ ਹਸੀਨ ਬਿਨ ਅਮੀਰ ਮਾਰਾਏ ਪੱਗ ਸਜੇ ਜਣੀ ਤਲਵਾਰ ਖਬੇ ਜਣੀ ਸਰ ਚਾ ਜਮਲਾ ਸੋਹਣਾ ਮਿੰਬਰ ਦੀ ਕਸਮ ਅਲੀ ਅਕਬਰ ਪਹਿਲਾ ਤੇ ਆਖਰੀ ਸ਼ਹੀਦ ਜੈ ਘੋੜੇ ਦੇ ਗਲ ਚ ਬਹੀ ਪਾਈਏ ਨਾ ਅਕਲ ਮਾਰ ਕਿਆ ਦੇ ਘੋੜਾ ਮੈਨੂੰ ਖੈਮਾ ਦੇ ਨੇੜੇ ਗਿਣ ਜੁਲ ਮੇਰਾ ਬਾਬਾ ਬੁਢੜਾਈ ਹੁਸੈਨ ਮਿੱਟੀ ਤੇ ਬਹਿ ਕੇ ਹੱਥ ਮਾਰ ਕੇ ਆਲੇ ਕਿੱਥਾਂ ਲੱਥਾਂ ਏ ਉਹ ਮੈਂ ਸਦਕੇ ਥੀ ਵਾ ਹਾਏ ਅਕਬਰ ਕਰਕੇ ਝੰਡੇ ਨੇ ਯਾਵਲੀ ਕਰਕੇ ਸਮਲ ਦੇ ਬਾਦਸ਼ਾਹ ਭਾਈ ਜੀ ਮੈਦਾਨ ਐਨ ਗਰੀਬ ਜਿੱਥੇ ਫਕੀਰ ਏ ਸਾਰੇ ਚ ਕਾਸੇ ਸਰ ਤੇ ਮਾਰ ਕੇ ਆਦਾ ਵਦੇ ਹਾਏ ਜਵਾਨ ਹਾਏ ਜਵਾਨ ਹਾਏ ਜਵਾਨ ਸੈਯਦਾਂ ਦੇ ਫਕੀਰ ਕੋਈ ਜਵਾਨ ਮਨਾਈ ਵਦੇ ਹੱਥ ਮਰ ਕੇ ਆਦੇ ਅਮੀਰ ਮੈਦਾ ਨਹੀਂ ਸੁਣਦੇ ਹੋ ਲਫ਼ਜ਼ ਸਾਹਿਬ ਦੇ ਸੈਯਦਾਂ ਦੇ ਤੇਰਾ ਨਹੀਂ ਤੁਰੋਂਦਾ ਕਿਵੇਂ ਆਦੇ ਤੂੰ ਸੱਚਾ ਏ ਤੈਂ ਡਿੱਠਾ ਜੋ ਨਹੀਂ ਜੈਂਦਾ ਹਾ ਸੋਹਣਾ ਬਹੁਆ ਗਰੀਬਾ ਦੇ ਹੁਕਮੇ ਗੁਲੇ ਲਵਦਾ ਮੇਰੇ ਨਾਲ ਨਿਸ਼ਾਨੀਆਂ ਮਿਲਾ ਅਦੇ ਪਹਿਲੀ ਪਹਿਲੀ ਨਿਸ਼ਾਨੀ ਸਮੰਦ ਘੋੜੇ ਦਾ ਸਵਾਰ ਸੈਯਦ ਦੇ ਫੇਰ ਸਵਾਰ ਕਰਾਇਆ ਸਮੇਂ ਦੇ ਦਰ ਦੂਜੀ ਨਿਸ਼ਾਨੀ ਗੁਲਾਬੀ ਪੱਗ ਸੈਯਦਾ ਦੇ ਜਵਾਨੀ ਦੀ ਮੌਤ ਮਾਵਾਂ ਲਲ ਕੇ ਵਧਾਈ ਹੁਣ ਮੇਰੇ ਕੋਈ ਹੋਰ ਨਿਸ਼ਾਨੀ ਅਜੇ ਲੱਭ ਜਾਣੀ ਬਸ ਕੋਈ ਭੇਣ ਰਹਿੰਦੀ ਹੈ ਕਈ ਕਈ ਲੈ ਹੱਕ ਨਾ ਮਾਰ ਕੇ ਅਜੇ ਤਾਂ ਗੱਲ ਹਾ ਫਿਰਾ ਕੁੰਬਰ ਛਿਖਾ ਗਈ ਗਰੀਬ ਅਜੇ ਕੋਈ ਹੋਰ ਨਿਸ਼ਾਨੀ ਅਜੇ ਚਿਹਰੇ ਤੋਂ ਨੁਕਾ ਗਈ ਗਰੀਬ ਅਜੇ ਇੱਕ ਗੱਲ ਕਰ ਆਪ ਸੁਣ ਆਪ ਚਿਹਰੇ ਤੇ ਨਕਾਬਾ ਦੇ ਅਮੀਰਾ ਯਕੀਨ ਕਰ ਮੈਂ ਗੱਲਾਂ ਦੂਏ ਸੱਚੀਏ ਨਾ ਸੋਹਣੀ ਮਾਂ ਚਿਹਰੇ ਤੇ ਨਕਾਬ ਜਵਾਨ ਦਾ ਸੱਜਾ ਹੱਥ ਦਿਖਾਇਆ ਹੱਥ ਨੂੰ ਸੋਹਣਾ ਮੈਂ ਅੱਗੋਂ ਵੱਲ ਆਇਆ ਮੈਂ ਹੱਥ ਬਦਲ ਮੈਂ ਅੱਖ ਜਵਾਨ ਨੂੰ ਵੇਣ ਦਾ ਵਾਸਤੇ ਜਾਂਦਾ ਨਾਮ ਦਾ ਚੈਨ ਚਿਹਰੇ ਤੋਂ ਨਕਾਬ ਲਹਾ
آدھے امیرہ جڑا چہرے تو نقاب لایا سی جان دو سے محمد مدینے والا اودیا شکل لے دا کو بھائی رل رل دیکھ میرے دیکھن والی مدینے رل کے مر گئی اللہ کا مستر بہت سونے سواگ جمل ہو سیدا دے میرے نالا تے کو جوان نہ دکھا حوصلہ لے کو مظلوم کربلا دا بھائی جی سیدا ڈھول چا کے دعا پیا کردا شالا کوئی پیو جوان پتر دی میت تے نہ آوے صدقہ علی اکبر دا اوکھیاں جواناں دی موتاں بن جی ਹੁਣ ਮੇਰੋ ਲੇਖ ਸੋ ਹੀ ਕਦਮ ਸ਼ਹਿਨ ਸ਼ਾਹ ਚੈਨ ਫਕੀਰ ਕੋ ਵਾਲਾ ਦੇ ਹੁਸੈਨ ਦਾ ਚਿਹਰਾ ਦੇ ਦੇ ਤੇ ਹੱਥ ਬਨ ਕੇ ਤੇ ਹੈ ਅਮੀਰ ਜੇ ਕੋ ਮੈਂ ਮਦਰੋਂ ਨਾ ਤੂੰ ਦਾ ਪਿਓ ਹੈ ਵਾਹ 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 ਮੈਂ ਬਤਾ ਦਾ ਮੈਂ ਵਤ ਹੈ ਜੇ ਕੋ ਮੈਂ ਮਦਰੋਂ ਨਾ ਤੇਰਾ ਪੁੱਤਰ ਹੈ ਗਰੀਬਾਂ ਦੇ ਆ ਮੈਂ ਸਾਰੇ ਰਾਸ ਖੁਲੇ ਨਾ ਚਿੱਠੀ ਜਾਰੀ ਆ ਲੈ सलाम तू चुप कर गए फकीर दे पसरे कदर उरे आ सुनान इहो आ ਦੁਨੀਆ ਕਦਮਾ ਚਲਾ ਕੇ ਤੇ ਅਮੀਰ ਜਵਾਨ ਹੀ ਹੋਆ ਮਨ ਗਿਆ ਬਛੜਾਈ ਤੇ ਦੇ ਸੈਦਾ ਦੇ ਪਹਿਲੇ ਤਲਾਵੇ ਮਨੇ ਦਾ ਸ਼ਕੀਨ ਕਿਵੇਂ ਆਈ ਹੈ ਹੱਥ ਬਨ ਕੇ ਆ ਦੇ ਤੂੰ ਮੈਦਾਨ ਆਏ ਮੈਂ ਦਿੱਠਾ ਹੈ ਤੇਰੀ ਦਾੜੀ ਕਾਲੀ ਆਈ ਹੈ ਤੂੰ ਮੇਰੇ ਨਾਲ ਟੁਰਦਾ ਹੈ ਮੈਂ ਵੇਖਦਾ ਆ ਤੇਰੀ ਦਾੜੀ ਕਾਲੀ ਆਈ ਤੂੰ ਗੱਲਾਂ ਕਰੇ ਨਾ ਆਏ ਮੈਂ ਦੇਖਦਾ ਆ ਤੇਰੀ ਦਾੜੀ ਕਾਲੀ ਆਈ ਤੂੰ ਜਵਾਨ ਦੀ ਲਾਸ਼ ਤੇ ਆਏ ਤੇ ਬੋਸਾ ਦਿੱਤਾ ਹੈ ਮੇਰੇ ਦਿੱਠਾ ਹੈ ਤੇਰੀ ਦਾੜੀ ਸਫਾਇਦ ਹੋ ਗਈ ਹੈ ਮਨ ਗਿਆ ਤੇਰਾ ਪੁੱਤਰ मजबूरी आवी हो जे सोने जवान को मरण तो भेज दिया सैयदा दे फकीर ताने न लाई कुल भेज हराने तो दीन ना बचदा तू यार कदमा तला के तो दीन दिए धमकियां ने मैं सच दसा तू कोई हुसैन सैयदा दे वो गरीब मैं आए मैं डाक बारे आदे खैमे कैमर गरीब आदे न देख मेरिया भेड़ी ना वेल इम्तिहान शुरू है तू हटवन मैं अपना पर्चा हल अकबर जी बाबा तई मैं गरीब समझ बाबा जान क्यों ਹੈ ਅਕਬਰ ਸੁਬੋ ਦੁਆ ਥਨਾ ਲਾਵੇਂ ਕਰੇ ਦਾ ਸਲਾਮ ਅਦ ਬਾਬਾ ਥੰਨੇ ਜ਼ਾ ਟੁੱਟੋ ਅਕਬਰ ਟੁੱਟ ਗਿਆ ਅਦ ਨਹੀਂ ਬਾਬਾ ਜ਼ਾਲਿਮ ਤੇ ਖੜ ਕੇ ਤੋੜਾਏ ਵਜਾ ਬਾਬਾ ਜਾਨਾ ਦਾਈ ਤੇਰਾ ਬਾਬਾ ਸਾਬਰੇ ਮੈਂ ਸ਼ਬੀਰ ਦਾ ਸਬਰ ਮਨੇ ਸਾਂ ਪਰਛੀ ਕਢੇ ਸੀ ਮੂੰਹ ਚਮਕਿਆ ਦੇ ਅਕਬਰ ਵਤ ਮੇਰੇ ਰੇਖ ਮੈਂ ਪਰਛੀ ਕਢੇ ਨਾ बाबा बिस्मिल्लाह कढो चिट्ठी डारी आले बरछी हाथ पाए बरछी हलाई तारीख आती है त्राय कुंडियां हैं बरछी दिया जड़ियां पसलियां नाल फस गईया है मैं मिंबर दी कसम है बरछी जो हाथ काट के शबीर दरिया दो लिठाए अर्ज करे मन बाबा जान के कुल पहले देवे फिर मैंने ना अकबर बछड़ा और नबिया दी सफ लगे ये मैं देखता पिया ओ नबी आया हो नहीं अखी ते पट्टी बथी आई मैं बिस्मिल्लाह करा चाचा मैं बिस्मिल्लाह मेरा सोना बछड़ा सारे आजम लुई समू साया कुबो यूसुफ इब्राहिम इस्माइल नाना मोहम्मद डाडी जहरा डाडी हाजरा डाडा अली चाचा हसन सारे आए नी हकर मार क्या दे बाबा अगर सारे नबी आए होन वत मिन्नत ला मेरी परछी थन काट क्यों मेरा सोना बछड़ा दे बाबा जिबह अजीम बनावनी इथा नहीं बनदी मेनू चाह खत थी से खैमे घिर जो मेनू आ दिए समा पास नाल मेरी दू मावा बला तू हाजरा बुला हकर मार क्या दे बाबा तू हाजरा बुला
سنو فرمان اکبر تو سچا ہے تن پتا ہونا چاہیے تھا تم میرا اکبر پتر ہے تیری موت میں مکھا چھوڑائی میں ٹر نہ سکتا تو آ دے چا بابا چاہو مشورہ میں دینا سجا زانو زمین تے رکھو میں تارے گل نہیں پہنا تو سمے گل کو کچھ کوشش تو سفر ہو کچھ ہمت میں کرے نہ نبیاں دی صف پہ دے دی بھائی جی بطول نے پتر نہ دے علی تلاوت کر کے سجا زانو زمین تے رکھس اکبر دا سر چاہ کے کھبے مونڈے تے رکھس چاہ یا علی مدد آو کے ممبر دی قسمے حسین تلیاں ٹیک زمین چھوڑی ہن میرے رے جڑا چٹھی داڑی اللہ بیٹھے ہک دم گن چاہندا نو دفعہ منہ چمکیا دے میرے نال لے دا جھول میں تے دا بڈھڑا پیواں میرے نال گلاں کرے دا جھول مینوں نظر کچھ نہیں وی آندا میرے نال لے دا جھول تے قاتل ممبر دی قسم بھائی جان پنجی قدم حسین چاہیں جی میں نبیان دی سب کھڑی آئی ہر نبی علی دے گو ہاتھا بدھنا دھن یا علی تو نبیان دا ناصرین ہر نبی دی شریعت دا حکمیں پیو پتر دی میت نہ چاوے منت لا حسین کل اکبر گھن خیمے پہنچا مت کیاں مت آونے بندہ کیڑا جڑا اکبر کو نہیں روندا چھویں قدم مظلوم کربلا چاہے مونڈے تے ہاتھ آئیں اکل مار کد حسین نانے دی شریعت منع کر دی آئی پیو پتر دی میت نہ چاوے میں گڑے منہ پھیر کیا دے کون میری حربت احسان کرنا لا اکل مار کد سجار میں تنا بابا علی شبیہ نے بابا نبی اجوان تھا میں نبی لا میں حسین او بابا میں نانا میں اکبر جانے میں تاریخ دی 18 سال تے کچھ دن شہزادے دی پاک عمرے بھائی جان زندگی ایک پہلی دفعہ پتر کو مٹی کے سمایا تو چپ کر گئے غریب دی غربت نے پتر زخمی ہے عام نہیں ہے علی اکبر تے پیو مٹی کے سمایا میں منبر دی قسم ہے ابا اللہ نے میرے نے سو پردہ داوراں دے پاسے اشارہ کر کے پے فرمیندن جنہ ملنا ہے میں دے اکبر کو تے جلدی دیر نہ لاو میرا داڑی لہدا نہیں بچدا ائی دی تحت الحنا کبلا داڑی لہدا نہیں بچدا ائی دی تحت الحنک اللہ نہ کرے انہاں گراں دے پتر پر مردے ہوے انہاں کو بھیڑی پڑی یاد آ گئی او میں صدقے تیرا سن گئے ہو خصوصی دعا شالا کہیں بھیڑ دا کوارا بھرا نہ مرے میری گل نہیں
بھائی جان تائید کر سو اللہ نہ کرے بھین دا بھرا مر پاوے غسل لین دے راسن بھین پرے بہ کے روندی راسی کفن دے دے راسن چاچا بھین پرے بہ کے روندی راسی جدا بھرا دا جنازہ تیار ہو سی بھین کلی تا نہیں تر سکدی گڑے دیا سہیلی آسرا دے سن بھین موڈے لگ کے منبر دی قسم اے موئے بھرا دے میت بھین آسی باندی نہیں بھرا دے اوپر ڈھڑن دی گاڑی چبائی میری گل دی جڑے چٹھی داری والے بیٹھے ہو تائید کرے سو بچہ چھوٹا ہوئے ماں دی جھولی چ باسی گل چ بہی پیسی پیار کرے سی آخسی اما میں وڈا تھی سا تینو حج کرے سا اما میں جوانی چڑھ سا تینو کر بلا دی زیارت کرے سا شام بی بی کول لے سا منبر دی قسم علی دی دھیری نے آئی جی میں جھک دے پاسے پاؤنی آندا ہے اکر مار کے آدھی رکھی بھال میرے دیکھ مدینے والے وعدے بھول گئے نہیں جڑا مومن ساری زندگی نہیں رونا میرا بن سن جتھے یاد آسی اروسے اکبارا دے اما کہڑے وعدے منہ چمکیا دے میرا سونا بچڑا تو تا دا میرا چن بچڑا تے پیدا رات کو میت چویسا پیا وانگے دادی زہرا دے تے کم بکیا وچ میں شام کی کار